ਇਹ ਹੈ 16 ਸਾਲ ਦੀ ਪ੍ਰਾਂਜਲੀ ਅਵਸਥੀ ਜਿਸਨੇ ਛੋਟੀ ਜਹੀ ਉਮਰ ਵਿੱਚ ਹੀ ਕਰੋੜਾਂ ਰੁਪਏ ਦੀ ਕੰਪਨੀ ਖੜੀ ਕਰ ਦਿੱਤੀ। ਜਿਸ ਉਮਰ ਵਿੱਚ ਲੋਕ ਇਹ ਸੋਚਦੇ ਨੇ ਕਿ ਉਹ ਜਾਣਾ ਕਿਸ ਫੀਲਡ 'ਚ ਚਾਹੁੰਦੇ ਨੇ, ਉਸੇ ਉਮਰ 'ਚ ਪ੍ਰਾਂਜਲੀ ਅਵਸਥੀ ਨੇ ਲਗਭਗ 100 ਕਰੋੜ ਰੁਪਏ ਦੀ ਵੈਲਿਊਏਸ਼ਨ ਵਾਲੀ ਕੰਪਨੀ ਖੜੀ ਕਰ ਦਿੱਤੀ। ਉਸਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ delve.ai ਨਾਂ ਦੀ ਕੰਪਨੀ ਬਣਾਈ ਹੈ। ਪ੍ਰਾਂਜਲੀ ਦੇ ਲਿੰਕਡਇਨ ਆਈਡੀ ਮੁਤਾਬਕ ਪ੍ਰਾਂਜਲੀ ਦੀ ਟੀਮ ਵਿੱਚ 10 ਲੋਕ ਕੰਮ ਕਰ ਰਹੇ ਨੇ। ਕੰਪਨੀ ਨੂੰ ਮਿਲੀ 3.7 ਕਰੋੜ ਰੁਪਏ ਦੀ ਫੰਡਿੰਗ। ਪ੍ਰਾਂਜਲੀ ਅਵਸਥੀ ਨੇ ਮਿਆਮੀ ਟੈਕ ਇਵੈਂਟ ਵਿੱਚ ਦੱਸਿਆ ਕਿ ਉਹ delve.ai ਨਾਂ ਦੀ ਕੰਪਨੀ ਚਲਾਉਂਦੀ ਹੈ। ਪ੍ਰਾਂਜਲੀ ਮੁਤਾਬਕ ਕੰਪਨੀ ਦੀ ਨੀਂਹ ਜਨਵਰੀ 2022 ਵਿੱਚ ਰੱਖੀ ਗਈ ਸੀ। ਇਸ ਏਆਈ ਕੰਪਨੀ ਨੂੰ 3.7 ਕਰੋੜ ਰੁਪਏ ਦੀ ਫੰਡਿੰਗ ਵੀ ਮਿਲ ਚੁੱਕੀ ਹੈ। ਦੱਸ ਦਈਏ ਕਿ ਮਿਆਮੀ ਟੈਕ ਇਵੈਂਟ ਵਿੱਚ ਪ੍ਰਾਂਜਲੀ ਨੇ ਦੱਸਿਆ ਕਿ ਪਿਤਾ ਤੋਂ ਉਸਨੂੰ ਇਹ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ। ਪਿਤਾ ਨੇ ਧੀ ਦਾ ਕੀਤਾ ਸਹਿਯੋਗ। ਪ੍ਰਾਂਜਲੀ ਦਾ ਟੈਕਨੋਲੋਜੀ ਪ੍ਰਤੀ ਰੁਝਾਨ ਸ਼ੁਰੂ ਤੋਂ ਹੀ ਰਿਹਾ ਹੈ। ਉਸਨੂੰ ਉਹਨਾਂ ਦੇ ਇੰਜੀਨੀਅਰ ਪਿਤਾ ਤੋਂ ਕਾਫ਼ੀ ਸਹਿਯੋਗ ਮਿਲਿਆ। ਪ੍ਰਾਂਜਲੀ ਦੇ ਪਿਤਾ ਨੇ ਧੀ ਦੇ ਰੁਝਾਨ ਨੂੰ ਵੇਖਦੇ ਹੋਏ ਸਕੂਲ ਵਿੱਚ ਹੀ ਕੰਪਿਊਟਰ ਸਾਇੰਸ ਦੀ ਸਿੱਖਿਆ ਵੱਲ ਉਤਸ਼ਾਹਿਤ ਵੀ ਕੀਤਾ। ਸਿਰਫ 7 ਸਾਲ ਦੀ ਉਮਰ ਤੋਂ ਹੀ ਪ੍ਰਾਂਜਲੀ ਕੋਡਿੰਗ ਕਰਨ ਲੱਗੀ ਸੀ, ਪਰ ਉਸਦੇ ਸੁਪਨਿਆਂ ਨੂੰ ਉਡਾਨ ਉਦੋਂ ਮਿਲੀ ਜਦੋਂ ਉਹ 11 ਸਾਲ ਦੀ ਉਮਰ ਵਿੱਚ ਪਰਿਵਾਰ ਨਾਲ ਫਲੋਰੀਡਾ ਵਿੱਚ ਰਹਿਣ ਲੱਗੀ। ਦੱਸ ਦਈਏ ਕਿ ਪ੍ਰਾਂਜਲੀ ਨੇ ਸਿਰਫ 13 ਸਾਲ ਦੀ ਉਮਰ ਵਿੱਚ ਹੀ ਫਲੋਰੀਡਾ ਇੰਟਰਨੈਸ਼ਨਲ ਯੂਨੀਵਰਸਿਟੀ ਵਿੱਚ ਇੰਟਰਨਸ਼ਿਪ ਕੀਤੀ ਸੀ। ਪ੍ਰਾਂਜਲੀ ਦੀ ਇਸ ਯਾਤਰਾ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਉਸਨੇ ਲੂਸੀ ਗੋ ਅਤੇ ਡੇਵ ਫੋਂਟੇਨੋਟ ਦੀ ਸਟਾਰਟਅਪ ਕੰਪਨੀ ਐਕਸਲੇਰੇਟਰ ਦਾ ਹਿੱਸਾ ਬਣੀ। ਪ੍ਰਾਂਜਲੀ ਮੁਤਾਬਕ ਪ੍ਰੋਡਕਟ ਹੰਟ ਦੌਰਾਨ delve.ai ਦਾ ਬੀਟਾ ਲਾਂਚ ਕੀਤਾ ਗਿਆ। ਇਸੇ ਦੌਰਾਨ delve.ai ਦੀ ਖੂਬ ਚਰਚਾ ਹੋਈ। ਕੀ ਕਰਦੀ ਹੈ ਕੰਪਨੀ? delve.ai ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਉੱਤੇ ਕੰਮ ਕਰਨ ਵਾਲੀ ਕੰਪਨੀ ਹੈ ਜੋ ਕਿ ਡਾਟਾ ਨੂੰ ਬਾਹਰ ਕੱਢਣ ਦੇ ਪ੍ਰੋਸੈਸ ਨੂੰ ਸੌਖਾ ਬਣਾ ਦਿੰਦੀ ਹੈ, ਨਾਲ ਹੀ ਉਸ ਵਿੱਚ ਖਾਮੀਆਂ ਨੂੰ ਵੀ ਦੂਰ ਕਰਦੀ ਹੈ। ਮੌਜੂਦਾ ਯੁੱਗ ਡਾਟਾ ਦਾ ਹੈ, ਅਜਿਹੇ ਵਿੱਚ ਇਹਨਾਂ ਕੰਪਨੀਆਂ ਦਾ ਭਵਿੱਖ ਮਜ਼ਬੂਤ ਦਿਖਾਈ ਦੇ ਰਿਹਾ ਹੈ। ਇਹ ਹੈ 16 ਸਾਲ ਦੀ ਪ੍ਰਾਂਜਲੀ ਅਵਸਥੀ ਜਿਸਨੇ ਛੋਟੀ ਜਹੀ ਉਮਰ ਵਿੱਚ ਹੀ ਕਰੋੜਾਂ ਰੁਪਏ ਦੀ ਕੰਪਨੀ ਖੜੀ ਕਰ ਦਿੱਤੀ। ਜਿਸ ਉਮਰ ਵਿੱਚ ਲੋਕ ਇਹ ਸੋਚਦੇ ਨੇ ਕਿ ਉਹ ਜਾਣਾ ਕਿਸ ਫੀਲਡ 'ਚ ਚਾਹੁੰਦੇ ਨੇ, ਉਸੇ ਉਮਰ 'ਚ ਪ੍ਰਾਂਜਲੀ ਅਵਸਥੀ ਨੇ ਲਗਭਗ 100 ਕਰੋੜ ਰੁਪਏ ਦੀ ਵੈਲਿਊਏਸ਼ਨ ਵਾਲੀ ਕੰਪਨੀ ਖੜੀ ਕਰ ਦਿੱਤੀ। ਉਸਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ delve.ai ਨਾਂ ਦੀ ਕੰਪਨੀ ਬਣਾਈ ਹੈ। ਪ੍ਰਾਂਜਲੀ ਦੇ ਲਿੰਕਡਇਨ ਆਈਡੀ ਮੁਤਾਬਕ ਪ੍ਰਾਂਜਲੀ ਦੀ ਟੀਮ ਵਿੱਚ 10 ਲੋਕ ਕੰਮ ਕਰ ਰਹੇ ਨੇ। ਕੰਪਨੀ ਨੂੰ ਮਿਲੀ 3.7 ਕਰੋੜ ਰੁਪਏ ਦੀ ਫੰਡਿੰਗ। ਪ੍ਰਾਂਜਲੀ ਅਵਸਥੀ ਨੇ ਮਿਆਮੀ ਟੈਕ ਇਵੈਂਟ ਵਿੱਚ ਦੱਸਿਆ ਕਿ ਉਹ delve.ai ਨਾਂ ਦੀ ਕੰਪਨੀ ਚਲਾਉਂਦੀ ਹੈ। ਪ੍ਰਾਂਜਲੀ ਮੁਤਾਬਕ ਕੰਪਨੀ ਦੀ ਨੀਂਹ ਜਨਵਰੀ 2022 ਵਿੱਚ ਰੱਖੀ ਗਈ ਸੀ। ਇਸ ਏਆਈ ਕੰਪਨੀ ਨੂੰ 3.7 ਕਰੋੜ ਰੁਪਏ ਦੀ ਫੰਡਿੰਗ ਵੀ ਮਿਲ ਚੁੱਕੀ ਹੈ। ਦੱਸ ਦਈਏ ਕਿ ਮਿਆਮੀ ਟੈਕ ਇਵੈਂਟ ਵਿੱਚ ਪ੍ਰਾਂਜਲੀ ਨੇ ਦੱਸਿਆ ਕਿ ਪਿਤਾ ਤੋਂ ਉਸਨੂੰ ਇਹ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ। ਪਿਤਾ ਨੇ ਧੀ ਦਾ ਕੀਤਾ ਸਹਿਯੋਗ। ਪ੍ਰਾਂਜਲੀ ਦਾ ਟੈਕਨੋਲੋਜੀ ਪ੍ਰਤੀ ਰੁਝਾਨ ਸ਼ੁਰੂ ਤੋਂ ਹੀ ਰਿਹਾ ਹੈ। ਉਸਨੂੰ ਉਹਨਾਂ ਦੇ ਇੰਜੀਨੀਅਰ ਪਿਤਾ ਤੋਂ ਕਾਫ਼ੀ ਸਹਿਯੋਗ ਮਿਲਿਆ ਹੈ। ਪ੍ਰਾਂਜਲੀ ਦੇ ਪਿਤਾ ਨੇ ਧੀ ਦੇ ਰੁਝਾਨ ਨੂੰ ਵੇਖਦੇ ਹੋਏ ਸਕੂਲ ਵਿੱਚ ਹੀ ਕੰਪਿਊਟਰ ਸਾਇੰਸ ਦੀ ਸਿੱਖਿਆ ਵੱਲ ਉਤਸ਼ਾਹਿਤ ਵੀ ਕੀਤਾ। ਸਿਰਫ 7 ਸਾਲ ਦੀ ਉਮਰ ਤੋਂ ਹੀ ਪ੍ਰਾਂਜਲੀ ਕੋਡਿੰਗ ਕਰਨ ਲੱਗੀ ਸੀ, ਪਰ ਉਸਦੇ ਸੁਪਨਿਆਂ ਨੂੰ ਉਡਾਨ ਉਦੋਂ ਮਿਲੀ ਜਦੋਂ ਉਹ 11 ਸਾਲ ਦੀ ਉਮਰ ਵਿੱਚ ਪਰਿਵਾਰ ਨਾਲ ਫਲੋਰੀਡਾ ਵਿੱਚ ਰਹਿਣ ਲੱਗੀ। ਦੱਸ ਦਈਏ ਕਿ ਪ੍ਰਾਂਜਲੀ ਨੇ ਸਿਰਫ 13 ਸਾਲ ਦੀ ਉਮਰ ਵਿੱਚ ਹੀ ਫਲੋਰੀਡਾ ਇੰਟਰਨੈਸ਼ਨਲ ਯੂਨੀਵਰਸਿਟੀ ਵਿੱਚ ਇੰਟਰਨਸ਼ਿਪ ਕੀਤੀ ਸੀ। ਪ੍ਰਾਂਜਲੀ ਦੀ ਇਸ ਯਾਤਰਾ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਉਸਨੇ ਲੂਸੀ ਗੋ ਅਤੇ ਡੇਵ ਫੋਂਟੇਨੋਟ ਦੀ ਸਟਾਰਟਅਪ ਕੰਪਨੀ ਐਕਸਲੇਰੇਟਰ ਦਾ ਹਿੱਸਾ ਬਣੀ। ਪ੍ਰਾਂਜਲੀ ਮੁਤਾਬਕ ਪ੍ਰੋਡਕਟ ਹੰਟ ਦੌਰਾਨ delve.ai ਦਾ ਬੀਟਾ ਲਾਂਚ ਕੀਤਾ ਗਿਆ। ਇਸੇ ਦੌਰਾਨ delve.ai ਦੀ ਖੂਬ ਚਰਚਾ ਹੋਈ। ਕੀ ਕਰਦੀ ਹੈ ਕੰਪਨੀ? delve.ai ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਉੱਤੇ ਕੰਮ ਕਰਨ ਵਾਲੀ ਕੰਪਨੀ ਹੈ ਜੋ ਕਿ ਡਾਟਾ ਨੂੰ ਬਾਹਰ ਕੱਢਣ ਦੇ ਪ੍ਰੋਸੈਸ ਨੂੰ ਸੌਖਾ ਬਣਾ ਦਿੰਦੀ ਹੈ, ਨਾਲ ਹੀ ਉਸ ਵਿੱਚ ਖਾਮੀਆਂ ਨੂੰ ਵੀ ਦੂਰ ਕਰਦੀ ਹੈ। ਮੌਜੂਦਾ ਯੁੱਗ ਡਾਟਾ ਦਾ ਹੈ, ਅਜਿਹੇ ਵਿੱਚ ਇਹਨਾਂ ਕੰਪਨੀਆਂ ਦਾ ਭਵਿੱਖ ਮਜ਼ਬੂਤ ਦਿਖਾਈ ਦੇ ਰਿਹਾ ਹੈ।